1973 ਦੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਾਂ। ਜਨਰਲ ਜਗਜੀਤ ਸਿੰਘ ਅਰੋੜਾ ਉਹਨਾਂ ਦੇ ਨਾਲ ਲੈਫਟੀਨੈਂਟ ਜਨਰਲ ਸਰਦਾਰ ਸ਼ਬੇਕ ਸਿੰਘ ਜਿਹੜੇ ਬੰਗਲਾਦੇਸ਼ ਦੇ ਵਿੱਚ ਜੰਗ ਲੜ ਰਹੇ ਸੀ, ਉਸ ਜੰਗ ਦੇ ਵਿੱਚ ਉਹਨਾਂ ਨੇ ਇੱਕ ਇਲਾਕੇ ਦੇ ਉੱਪਰ ਕਬਜ਼ਾ ਕੀਤਾ ਅਤੇ ਉੱਥੇ ਜਿਹੜੀਆਂ ਖਾਈਆਂ ਬਣੀਆਂ ਹੋਈਆਂ ਸੀ, ਜਿਨ੍ਹਾਂ ਖਾਈਆਂ ਦੇ ਵਿੱਚ ਪਾਕਿਸਤਾਨੀ ਫੌਜ ਜਿਹੜੀ ਉਹ ਲੜ ਰਹੀ ਸੀ, ਉਹਨਾਂ ਖਾਈਆਂ ਦੇ ਵਿੱਚ ਬਹੁਤ ਸਾਰੀਆਂ ਮੁਸਲਮਾਨ ਲੜਕੀਆਂ ਇੱਕਦਮ ਭੱਜ ਕੇ ਸਿੱਖਾਂ ਦੇ ਮੋਰਚਿਆਂ ਦੇ ਵਿੱਚ ਆ ਗਈਆਂ। ਸਰਦਾਰ ਜਗਜੀਤ ਸਿੰਘ ਉਹਨਾਂ ਔਰਤਾਂ ਨੂੰ ਇੱਕ ਸਵਾਲ ਕਰਦਾ ਹੈ, ਕਹਿੰਦਾ ਕਿ ਤੁਸੀਂ ਤਾਂ ਮੁਸਲਮਾਨ ਹੋ, ਤੁਹਾਡਾ ਸਾਡੇ ਧਰਮ ਦੇ ਨਾਲ ਕੋਈ ਸਾਂਝ ਨਹੀਂ, ਤੁਸੀਂ ਮੁਸਲਮਾਨਾਂ ਦੇ ਮੋਰਚਿਆਂ ਦੇ ਵਿੱਚ ਮਹਿਫੂਜ਼ ਸੀ, ਤੁਸੀਂ ਸਾਡੇ ਕੋਲ ਕਿਉਂ ਆਈਆਂ? ਅਤੇ ਰੋ ਕੇ ਕਹਿੰਦੀਆਂ ਨੇ, ਬੇਸ਼ੱਕ ਉਹ ਸਾਡੇ ਧਰਮ ਦੇ ਨਾਲ ਸੰਬੰਧ ਰੱਖਦੇ ਨੇ ਪਰ ਅਸੀਂ ਉੱਥੇ ਮਹਿਫੂਜ਼ ਨਹੀਂ ਸੀ, ਪਰ ਸਾਡੇ ਵਡੇਰਿਆਂ ਨੇ ਦੱਸਿਆ ਕਿ ਜਿਹੜੇ ਗੁਰੂ ਨਾਨਕ ਦੇ ਸਿੱਖ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਗੜੇ ਨੇ, ਜੇਕਰ ਤੁਹਾਡੇ ਦੁਸ਼ਮਣ ਵੀ ਹੋਣ ਤਾਂ ਤੁਸੀਂ ਉਹਨਾਂ ਦੇ ਕੋਲ ਚਲੇ ਜਾਓ, ਤੁਹਾਡੀ ਇੱਜ਼ਤ ਮਹਿਫੂਜ਼ ਹੈ। ਸੋ ਇਹ ਜਿਹੜੇ ਸਾਡੇ ਜੰਗੀ ਅਸੂਲ, ਇਹ ਜੋ ਕੁਛ ਗੁਰੂ ਪਾਤਸ਼ਾਹ ਨੇ ਸਾਡੀ ਝੋਲੀ ਦੇ ਵਿੱਚ ਪਾਇਆ, ਔਰ ਇਹ ਵੀ ਇੱਕ ਦੁਨੀਆ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਕਿ ਇੱਕ ਬਹੁਤ ਵੱਡਾ ਆਤਮ ਸਮਰਪਣ ਹੈ ਕਿ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਜਨਰਲ ਨਿਆਜ਼ੀ ਦੀ ਅਗਵਾਈ ਦੇ ਵਿੱਚ 91,000 ਫੌਜ ਨੇ ਆਪਣੇ ਹਥਿਆਰ ਰੱਖੇ।